ਕਹਿੰਦਾ ਇੱਕ ਗੱਲ ਸਿਆਣਿਆਂ ਖੂਬ ਆਖੀ ਇੱਕ ਗੱਲ ਸਿਆਣਿਆਂ ਖੂਬ ਆਖੀ ਉਹ ਇੱਥੇ ਕੋਈ ਨਾ ਕਿਸੇ ਦੇ ਤੁੱਲ ਲੋਕੋ ਓਏ ਆਪੋ ਆਪਣੇ ਸਭ ਦੇ ਸ਼ੌਂਕ ਹੁੰਦੇ ਤੇ ਹੁੰਦਾ ਸ਼ੌਂਕ ਦਾ ਕੋਈ ਨਾ ਮੁੱਲ ਲੋਕੋ ਤੇ ਅੱਜ ਤੁਹਾਨੂੰ ਪਲਵਾਨੋਂ ਸੱਚੇ ਸ਼ੌਂਕ ਵਾਲੇ ਬੰਦਿਆਂ ਦਾ ਮਲੌਣ ਲੱਗੇ ਆ ਤੇ ਉਹਨਾਂ ਦੇ ਖੂਬ ਸੂਰਤ ਜਾਨਵਰ ਵਿਖਾਉਣ ਲੱਗੇ ਆ ਪਹਿਲਾਂ ਤੇ ਆ ਨੁਕਰੇ ਚ ਘੋੜੇ ਤੇ ਚਾਤੀ ਮਾਰੋ ਏ ਬਾਈ ਹੁਣਾਂ ਦਾ ਫਾਰਮ ਦਾ ਜਾਨੀ ਕਿ ਫਾਰਮ ਦੀ ਸ਼ਾਨ ਘੋੜਾ ਹੈ ਇਹਨਾਂ ਦਾ ਲੱਗ ਤੇ ਜ਼ਿਗਰ ਹੈ ਸਭ ਤੋਂ ਦਿਲ ਦੇ ਕਰੀਬ ਘੋੜਾ ਇਹ ਇਹ ਕਿਹੜਾ ਘੋੜਾ ਹੈ ਕਿਹੜੇ ਘੋੜੇ ਦਾ ਪੁੱਤ ਹੈ ਕਿੰਨੀ ਇਹਦੀ ਉਮਰ ਹੈ ਕਿੰਨੀ ਇਹਦੀ ਹਾਈਟ ਹੈ ਤੇ ਕਿੰਨੇ ਕ ਅੱਗੇ ਘੈਂਟ ਘੈਂਟ ਬੱਚੇ ਪੈਦਾ ਕਰ ਚੁੱਕਾ ਸਾਰੀਆਂ ਗੱਲਾਂ ਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਇੰਨਾ ਕੁ ਦੱਸ ਦਾਂਗੇ ਵੀਡੀਓ ਸਿਰੇ ਤੱਕ ਦੇਖਿਓ ਐਨ ਪੂਰੀ ਅੰਤ ਤੱਕ ਦੇਖਿਓ ਤੁਹਾਨੂੰ ਬਹੁਤ ਘੈਂਟ ਘੈਂਟ ਜਾਨਵਰ ਘੋੜੀਆਂ ਵੀ ਇਹਨਾਂ ਦੇ ਕੋਲ ਬਹੁਤ ਖੂਬਸੂਰਤ ਨੇ ਬੱਚੇ ਵੀ ਖੂਬਸੂਰਤ ਹੈਗੇ ਨੇ ਬਾਕੀ ਆਹ ਜਿਹੜੀਆਂ ਕੁਝ ਘੋੜੀਆਂ ਨੇ ਕੁਝ ਅੱਗੇ ਬੱਚੇ ਵੀ ਆਉਣਗੇ ਛੋਟੇ ਉਹਨਾਂ ਦੇ ਵਿੱਚੋਂ ਬਾਈ ਕਹਿੰਦੇ ਇਹ ਵੀ ਇਹਨਾਂ ਦੇ ਵਿੱਚੋਂ ਕੁਝ ਅਸੀਂ ਸੇਲ ਵੀ ਕਰ ਦਾਂਗੇ ਜੇ ਕੋਈ ਚੰਗੀ ਗੱਲਬਾਤ ਕਿਸੇ ਭਰਾ ਦੀ ਲੱਗੀ ਪੀ ਅਸੀਂ ਸੇਲ ਕਰਦਾਂਗੇ ਤੁਸੀਂ ਬਾਈ ਹੋਣਾ ਨੂੰ ਫੋਨ ਜਰੂਰ ਕਰ ਲਿਓ ਹੋ ਸਕਦਾ ਹੈ ਵੀ ਇਨ੍ਹਾਂ ਜਨਮਰਾਂ ਦੇ ਵਿੱਚੋਂ ਕੋਈ ਤੁਹਾਡੇ ਘਰ ਦੀ ਤੁਹਾਡੇ ਇਕਲੇ ਦੀ ਤੁਹਾਡੀ ਖੁਰਨੀ ਦੀ ਸ਼ਾਨ ਬਣ ਜੇ ਬਾਕੀ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀਆਂ ਫੇਸਬੁੱਕ ਵਾਲੇ ਭਰਾਵਾਂ ਨੇ ਤੇ YouTube ਤੇ ਸੋਹਣੇ ਕਮੈਂਟ ਕੀਤੇ ਵੀਡੀਓ ਸ਼ੇਅਰ ਕੀਤੀਆਂ ਉਹਨਾਂ ਦੇ ਨਾਮ ਨੇ ਦਵਿੰਦਰ ਸਿੰਘ, ਮਨਜੀਤ ਸਿੰਘ ਬਰਾੜ, ਨਰੇਸ਼ ਦਾਰਾ ਸਿੰਘ, ਸਰਪੰਚ ਜਸਵੀਰ ਸਿੰਘ, ਬਾਬਾ ਜੀ ਲਾਪ੍ਰੀਤ ਗੇਲਾ, ਜਸਵੀਰ ਬਾਡੇ ਕੇ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਕੁਮਾਰ, ਗੋਰਾ ਗਰੇਵਾਲ, ਗਰਮੀਤ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਸੋਨੀ ਬਰਾੜ, ਮਨਜੀਤ ਵਿਦੇਸ਼ਾ, ਗੁਰਪ੍ਰੀਤ ਢਾਲੀਵਾਲ, ਅਰਸ਼ਦ ਅਲੀ, ਹਰਵਿੰਦਰ ਸਿੰਘ, ਗੁਰਪ੍ਰੀਤ ਢਾਲੀਵਾਲ, ਮਨਪ੍ਰੀਤ ਰਖੜ, ਪਰਮਜੀਤ ਮਾਗੜ ਤੇ ਰਾਣਾ ਗੇਲਾ। ਬਾਕੀ ਪਰਮਾਨੋ ਜੇ ਕਿਸੇ ਭਰਾ ਦਾ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਤੈਨੂੰ ਮਾਫੀ ਚਾਹੁੰਦੇ ਆ ਅਗਲੀ ਵੀਡੀਓ ਤੁਸੀਂ ਸਪੋਰਟ ਕਰਿਓ ਜਰੂਰ ਅਸੀਂ ਨਾਮ ਲਾਵਾਂਗੇ ਆਜੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਲਿਓ ਆਜੋ ਵੇਹਦਿਆਂ ਵੀਡੀਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੇ ਹੀ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਤੁਹਾਡੇ ਆਪਣੇ ਚੈਨਲ ਤੇ ਪਿਆਰ ਸਤਿਕਾਰ ਤੇ ਅਦਬ ਨਾਲ ਨਿੱਘਾ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਜਿਹੜੇ ਦੋਸਤ ਆਪਾਂ ਨੂੰ ਆਪਣੇ ਇਸ ਟਾਈਮ ਫੇਸਬੁੱਕ ਪੇਜ ਆਮ ਤੋਂ ਖਾਸ ਦੇ ਜਰੀਏ ਦੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਸਤਿਕਾਰ ਤੇ ਅਦਬ ਨਾਲ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਜੀ ਆਇਆਂ ਆਖਦੇ ਆ ਦੋਸਤੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਨਰਮੇ ਦੀ ਫੁੱਟੀ ਵਰ ਗਨ ਨੁਕਰਾ ਕੋੜਾ ਵਿਖਾ ਕੇ ਹਟਿਆ ਲਾਜ਼ਵਾ ਜਾਨਵਰ ਨੇ ਬਾਈ ਹੁਣਾ ਕੋਲੇ ਉਹ ਕਿਹੜੀ ਲਾਈਨ ਦਾ ਹੈ ਬਾਕੀ ਤੁਸੀਂ ਕੰਨ ਕਨੋਤੀ ਵੇਖ ਕੇ ਉਹਦਾ ਪਿੱਠ ਪੋੜਾ ਵੇਖ ਕੇ ਉਹਦੀਆਂ ਸਾਰੀਆਂ ਬੋਡੀ ਸਟਰਕਚਰ ਵੇਖ ਕੇ ਉਹਦੇ ਮੰਨ ਲਓ ਪੌੜ ਵੇਖ ਕੇ ਵੀ ਹਿਸਾਬ ਕਿਤਾਬ ਲਾ ਹੀ ਲਿਆ ਹੋਣਾ ਵੀ ਕਿਹੜੇ ਕੋੜੇ ਦਾ ਪੁੱਤ ਹੈ ਤੇ ਕਿਹੜਾ ਕੋੜਾ ਹੈ ਉਹ ਬਾਕੀ ਸਾਰੀਆਂ ਗੱਲਾਂ ਬਾਤਾਂ ਦੇ ਆਪਾਂ ਆਪਣੇ ਨਾਲ ਭਰਾ ਮੌਜੂਦ ਨੇ ਬਾਈ ਤਲਵਿੰਦਰ ਸਿੰਘ ਬਾਈ ਅਮਰਦੀਪ ਸਿੰਘ ਦੇ ਬ੍ਰਦਰ ਨੇ ਬਾਈ ਤਾਂ ਚਲੋ ਆਪਣੇ ਅੱਜ ਥੋੜਾ ਕੰਮ ਸੀ ਬਾਈ ਨੂੰ ਬਿਜ਼ੀ ਸੀ ਤੇ ਤਾਂ ਕਰਕੇ ਪਹੁੰਚ ਨਹੀਂ ਸਕੇ ਬਾਈ ਪਰ ਤਲਵਿੰਦਰ ਭਾਈ ਆਪਣੇ ਨਾਲ ਮੌਜੂਦ ਹੈ ਇਹਨਾਂ ਤੋਂ ਪੁੱਛਿਆ ਕਿ ਤੇ ਬਾਕੀ ਇਹਨਾਂ ਕੋਲੇ ਨਾ ਬਹੁਤ ਹੀ ਘੈਂਟ ਘੈਂਟ ਘੋੜੀਆਂ ਵੀ ਨੇ ਬਹੁਤ ਘੈਂਟ ਘੈਂਟ ਬੱਚੇ ਵੀ ਨੇ ਸਾਰਿਆਂ ਬਾਰੇ ਜਾਣਕਾਰੀ ਆਪਾਂ ਲੈਣੀ ਹੈ ਤੇ ਵੀਡੀਓ ਚੰਗੀ ਲੱਗੀ ਤੇ ਮੇਰੇ ਭਰਾ ਹੁਣ ਤੋਂ ਹੀ ਸ਼ੇਅਰ ਆੜਾ ਬਟਨ ਦਬਾ ਦਿਓ ਤੇ ਕਮੈਂਟਾਂ ਦੇ ਵਿੱਚ ਅਸ਼ੀਰਵਾਦ ਦੇ ਰੂਪ ਚ ਜਰੂਰ ਦੱਸਿਓ ਜੀ ਤੁਹਾਨੂੰ ਬਾਈ ਜੀ ਦਾ ਜਾਨਵਰ ਕਿਵੇਂ ਲੱਗੇ ਤੇ ਫਾਰਮ ਕਿਵੇਂ ਲੱਗਾ ਸਭ ਤੋਂ ਪਹਿਲਾਂ ਤੇ ਆਪਾਂ ਭਰਾ ਦਾ ਕਰਦੇ ਆ ਜੀ ਸਵਾਗਤ ਫੇਰ ਛੇੜਾ ਕੇ ਅਗਲੀ ਗੱਲ ਤਿਲਵਿੰਦਰ ਬਾਈ ਸਤਿ ਸ਼੍ਰੀ ਅਕਾਲ ਜੀ ਆਪ ਤੋਂ ਖਾਸ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਮ ਤੇ ਖਾਸ ਆਮ ਤੋਂ ਖਾਸ ਦੀ ਟੀਮ ਨੂੰ ਮੈਂ ਜੀ ਆਇਆਂ ਆਖਦਾ ਧੰਨਵਾਦ ਬਾਈ ਤੁਸੀਂ ਸਾਡੇ ਕੋਲ ਆਏ ਤੇ ਆਪਦੇ ਕੈਮਰੇ ਦੇ ਜ਼ਰੀਏ ਸਾਡੇ ਜਾਨਵਰ ਫਲਮਾਏ ਤੇ ਲੋਕਾਂ ਦੇ ਰੂਬਰੂ ਕਰ ਰਹੇ ਹੋ ਧੰਨਵਾਦ ਬਾਈ ਸਾਡੇ ਤੋਂ ਪਹਿਲਾਂ ਬਾਈ ਤਿਲਵਿੰਦਰ ਤੁਸੀਂ ਆਉਂਦੇ ਹੋ ਤੁਸੀਂ ਇੰਨੀ ਸੇਵਾ ਕਰਦੇ ਹੋ ਸੱਚਾ ਸਤਕਾਰ ਹੈ ਤੁਹਾਡਾ ਕੋਈ ਮੰਨ ਕੇ ਚੱਲੋ ਵੀ ਇੱਕ ਤਾਂ ਹੁੰਦਾ ਨਾ ਬੰਦੇ ਨੂੰ ਵੀ ਲਾਲਚ ਹੁੰਦਾ ਵੀ ਮੈਂ ਚੱਲੋ ਯਾਰ ਕੋਈ ਚਾਰ ਪੀਏ ਕੱਢ ਲੂੰਗਾ ਹਨਾ ਜਾਂ ਕਿਸੇ ਪਾਸੇ ਆ ਜਾਣਗੇ ਪਰ ਮੈਂ ਇੱਥੇ ਸਵੇਰ ਦਾ ਤੁਹਾਡੇ ਕੋਲ ਪਹੁੰਚਿਆ ਮੈਂ ਇਹੀ ਗੱਲ ਅੰਦਾਜ਼ਾ ਲਾਇਆ ਵੀ ਬਾਈ ਹੁਣੀ ਇਹ ਕਹਿ ਲਈਏ ਨਾ ਵੀ ਇੱਕ ਸੇਵਾ ਹੀ ਕਰਦਾ ਇਹਨਾਂ ਦੀ ਹਨਾ ਦਿਲੋਂ ਸੱਚਾ ਜਿਹਨੂੰ ਆਪਾਂ ਪਿਆਰ ਕਹਿ ਦਈਏ ਸਤਕਾਰ ਕਹਿ ਦਈਏ ਘੋੜਿਆਂ ਦਾ ਤੇ ਤੁਹਾਡੇ ਪੈੜਾਂ ਪਿੱਛੇ ਸਾਡੀ ਪੈੜ ਹੈ ਬਾਈ ਪਹਿਲ ਤੁਹਾਡੀ ਹੈ ਹੋਰ ਸੁਣਾਓ ਬਾਈ ਕਿਵੇਂ ਚੱਲਦਾ ਫਿਰ ਅੱਜਕੱਲ ਠੀਕ ਆ ਬਾਈ ਠੀਕ ਠੰਡ ਠੰਡ ਕਿਵੇਂ ਆ ਠੰਡ ਪੂਰੀ ਹੋ ਰੱਖੀ ਆ ਬਾਈ ਇੱਕ ਆਪਾਂ ਬੈ ਵੀ ਬਾਹਰ ਗਏ ਬਾਈ ਹਣਾ ਠੰਡੀ ਠੰਡੀ ਹਵਾ ਸੱਜਣੋਂ ਆਉਂਦੀ ਆ ਤੇ ਹੱਡੀਆਂ ਨੂੰ ਹੀ ਲੱਗ ਲੱਗ ਜਾਂਦੀ ਜੇ ਤੇ ਬਾਈ ਗੱਲ ਕਿੱਥੋਂ ਸਟਾਰਟ ਕਰੀਏ ਪਹਿਲਾਂ ਤੇ ਮੈਨੂੰ ਐਂ ਲੱਗਦਾ ਵੀ ਗੱਲ ਸ਼ੌਂਕ ਤੋਂ ਸਟਾਰਟ ਕਰੀਏ ਵੀ ਸ਼ੌਂਕ ਬਾਈ ਤਲਵਿੰਦਰ ਦਾ ਕਿੰਨਾ ਕੁ ਪੁਰਾਣਾ ਹੈ ਸ਼ੌਂਕ ਬਾਈ ਅਸਲ 'ਚ ਤਾਂ ਬਜ਼ੁਰਗਾਂ ਤੋਂ ਹੀ ਚੱਲਿਆ ਤੁਰਿਆ ਆਂਦਾ ਹੈ ਅੱਛਾ ਜੱਦੀ ਜੱਦੀ ਪੁਸ਼ਟੀ ਕੰਮ ਹੀ ਹੈ ਹਾਂਜੀ ਬਾਈ ਹਾਂਜੀ ਵਾਹ ਜੀ ਵਾਹ ਬਾਕੀ ਬਚਪਨ ਤੋਂ ਹੀ ਕੂ ਤੇ ਕੁਛ ਟਾਈਮ ਆਸਤੇ ਜਿਵੇਂ ਬਾਹਰ ਪੜੇ ਆ ਜਿੰਨਾਕ ਟਾਈਮ ਘਰੋਂ ਬਾਹਰ ਆਏ ਆ ਉਹਨਾਂ ਕਾ ਜ਼ਰੂਰ ਇਹਨਾਂ ਤੋਂ ਦੂਰ ਆਏ ਆ ਵਾਪਸੀ ਤੋਂ ਦੁਬਾਰੇ ਫੇਰ ਆ ਇਹ ਤਾਂ ਹੋਣੀ ਸੀ ਜੀ ਤੇ ਬਾਕੀ ਇਹ ਬਾਈ ਖੂਨ ਚੋਂ ਜਾਂਦੀ ਨਹੀਂ ਨਾ ਚੀਜ਼ ਆ ਇਹ ਤਾਂ ਹਾਂ ਇਹ ਤਾਂ ਬਾਈ ਸੱਤ ਪੀੜੀਆਂ ਅੱਗੇ ਜਾ ਕੇ ਵੀ ਬੋਲ ਪੈਂਦੀ ਆ ਜਿੱਦਾਂ ਘੋੜਾ 100 ਪੀੜੀਆਂ ਕਈ ਜਰੀ ਦਾਦੇ ਵੀ ਬਜ਼ੁਰਗ ਵੀ ਮਗਰ ਸੂ ਪੈਂਦਾ ਤੇ ਇਹ ਵੀ ਬਾਈ ਜੀ ਸ਼ੌਂਕ ਕਿਤੇ ਨਾ ਕਿਤੇ ਆਣ ਕੇ ਤਾਂ ਉਗੜ ਹੀ ਆਉਂਦਾ ਹੈ ਨਾ ਹਾਂਜੀ ਹਾਂ ਤੇ ਬਾਕੀ ਤੁਹਾਡੇ ਜਾਨਵਰ ਚੰਗੇ ਆ ਚੰਗੀ ਬਰੀਡਿੰਗ ਕਰ ਰਹੇ ਹਾਂ ਤੇ ਮੈਨੂੰ ਤਾਂ ਪਤਾ ਹੀ ਖੈਰ ਤੇ ਆਪਾਂ ਸ਼ੌਕ ਜਿੱਦਾਂ ਮੰਨ ਕੇ ਚੱਲੋ ਵੀ ਪਹਿਲਾਂ ਬਜ਼ੁਰਗ ਰੱਖਦੇ ਸੀ ਹਾਂਜੀ ਬਈ ਬਜ਼ੁਰਗਾਂ ਵੇਲੇ ਹੋਰ ਉਹਨਾਂ ਦਾ ਹਿਸਾਬ ਕਿਤਾਬ ਹੋਊਗਾ ਹਨਾ ਆਪਣੇ ਆਰੀ ਹੋਰ ਕੀ ਅੰਤਰ ਸਮਝਦੇ ਹੋ ਕਿੰਨਾ ਕੁ ਫਰਕ ਆਇਆ ਉਹਦੇ 'ਚ ਅੰਤਰ ਅਸਮੇ ਬਈ ਭਾਵਨਾ ਤਾਂ ਉਹੀ ਹੈ ਜੀ ਕਿਉਂਕਿ ਦੇਖੋ ਇਹ ਇਹਨਾਂ ਦੀ ਸੇਵਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਕੋਈ ਸ਼ੱਕ ਨਹੀਂ ਤੇ ਜੇ ਮਾਰਾ ਨੇ ਸੇਵਾ ਇਹਨਾਂ ਦੀ ਬਖਸ਼ੀ ਹੈ ਹੂੰ ਤੇ ਉਹ ਸਭ ਤੋਂ ਪਹਿਲਾਂ ਤਾਂ ਮਹਾਰਾ ਦਾ ਸ਼ੁਕਰਾਨਾ ਕਰਦੇ ਆਂ ਉਹਨੇ ਸੇਵਾ ਬਖਸ਼ੀ ਇਹਨਾਂ ਦੀ ਬਿਲਕੁਲ ਬਿਲਕੁਲ ਤੇ ਜਿਵੇਂ ਬਜ਼ੁਰਗਾਂ ਤੁਰਿਆਂ ਦਾ ਭਾਵਨਾ ਤਾਂ ਸਾਡੀ ਵੀ ਉਹੀ ਆ ਜਿਵੇਂ ਬਜ਼ੁਰਗਾਂ ਦੀ ਸੀਗੀ ਹੂੰ ਬਾਕੀ ਹੁਣ ਥੋੜਾ ਜਿਹਾ ਜਿਵੇਂ ਹੁਣ ਕਹਿ ਲੋ ਵੀ ਹੁਣ ਹਾਈਟ ਦਾ ਹੋ ਗਿਆ ਗ੍ਰੇਸ ਥੋੜਾ ਜਿਆ ਇਹਨਾਂ ਚੀਜ਼ਾਂ ਦਾ ਕਿਉਂਕਿ ਮ ਕਿਉਂਕਿ ਵਪਾਰ ਸ਼ਾਮਲ ਹੋ ਗਿਆ ਉਹ ਫਿਰ ਵਪਾਰ ਤੇ ਬਾਜ਼ਾਰ ਦਾ ਥੋੜੇ ਜਿਹੇ ਟ੍ਰੈਂਡ ਜਿਵੇਂ ਬਦਲਦੇ ਹੀ ਰਹਿੰਦੇ ਆ ਉਸ ਹਿਸਾਬ ਨਾਲ ਬਾਕੀ ਭਾਈ ਆਪਾਂ ਪੰਜਾਬੀ ਆ ਨਾ ਆਪਾਂ ਨੂੰ ਗਰਮ ਆਪਣਾ ਖਾਣਾ ਤੇ ਆਪਾਂ ਨੂੰ ਗਰਮ ਹੀ ਚੀਜ਼ਾਂ ਪਸੰਦ ਨੇ ਜੇ ਘੋੜੇ ਰੱਖਣੇ ਆ ਤੇ ਉਹ ਵੀ ਐਗਰੈਸ਼ਨ ਵਾਲੇ ਰੱਖਣੇ ਤੇ ਆਪਾਂ ਨੂੰ ਐ ਆ ਵੀ ਯਾਰ ਉਹ ਚੀਜ਼ ਢਿੱਲਾ ਜਿਆ ਨਹੀਂ ਖੜੇ ਕਿ ਅਸੀਂ ਤਾਂ ਸੱਪ ਦੀ ਸਰੀ ਵਾਂਗੂ ਐਨ ਪੂਰਾ ਤਾਂ ਨੂੰ ਚਾਹੀਦਾ ਕੋਕੇ ਜੜੇ ਚਾਹੀਦੇ ਤੇ ਭਾਈ ਪ੍ਰਮਾਤਮਾ ਨੇ ਘੋੜਾ ਬਹੁਤ ਸੋਹਣਾ ਬਖਸ਼ਤਾ ਇਹ ਕਰਕੇ ਤੁਹਾਨੂੰ ਮੁਬਾਰਕਾਂ ਨੇ ਮਦਾਨੀਆਂ ਨੇ ਬਾਈ ਅਮਰਦੀਪ ਨੂੰ ਤਾਂ ਮੈਂ ਫੋਨ ਤੇ ਵੀ ਮੁਬਾਰਕਾਂ ਦਿੱਤੀਆਂ ਸੀ ਤੇ ਬਾਈ ਨੇ ਚਲੋ ਇਨਵਾਈਟ ਕਰ ਲਿਆ ਵੀ ਬਾਈ ਤੁਸੀਂ ਵੀ ਆਓ ਤੇ ਚਲੋ ਤੁਹਾਡਾ ਵੀ ਧੰਨਵਾਦ ਹੈ ਤੇ ਬਾਈ ਦਾ ਵੀ ਧੰਨਵਾਦ ਹੈ ਤੇ ਪਰ ਘੋੜਾ ਬਾਈ ਵੇਖ ਕੇ ਤਾਂ ਭੁੱਖਾਂ ਲੱਗਦੀ ਹੈ ਬਹੁਤ ਸੋਹਣਾ ਘੋੜਾ ਹੈ ਬਾਈ ਇਹ ਕਿਹੜੇ ਪਕੋੜੇ ਦਾ ਪੋਤਾ ਹੈ ਤੇ ਮੰਨ ਲਓ ਕਿਹੜਾ ਨਾਂ ਕੀ ਹੈ ਦਾ ਇਹਦਾ ਨਾਂ ਫਤਿਹਨੂਰ ਹੈ ਜੀ ਜੀ ਤੇ ਇਹਦਾ ਜਿਹੜਾ ਪਿਓ ਹੈ ਜੀ ਉਹ ਨੂਰਾ ਘੋੜਾ ਸਾਡੇ ਇਥੇ ਬਾਕਰਪੁਰ ਵਾਲਾ ਸਜਣੋ ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸਟਾਰਟਿੰਗ ਦੇ ਵਿੱਚ ਵੀ ਆਪਾਂ ਅੱਜ ਬੈਠੇ ਆਂ ਬਾਕਰਪੁਰ ਦੇ ਪਿੰਡ ਦੇ ਵਿੱਚ ਤੇ ਬਾਈ ਨੂੰ ਤੁਸੀਂ ਪਰੇਸ਼ਾਨੀ ਲਿਆ ਹੋਣਾ ਬਾਕਰਪੁਰ ਵਾਲੇ ਜਿਹੜਾ ਨੂਰਾ ਬਾਕਰਪੁਰ ਦੇ ਨਾਂ ਨਾਲ ਮਸ਼ਹੂਰ ਹੈ ਨਾ ਕੋੜਾ ਜਿਹੜੇ ਉਹਨੇ ਮੰਨ ਲਓ ਕੋਕੇ ਜੜੇ ਨੇ ਡਾਂਗ ਦੇ ਵਿੱਚ ਤੇ ਉਹ ਬਾਈ ਹੋਣੀ ਵੀ ਉਹਨਾਂ ਪੈੜਾਂ ਦੇ ਤੁਰੇ ਨੇ ਤੇ ਬਾਈ ਹੋਣੀ ਬੱਚਾ ਲੈ ਕੇ ਆਏ ਨੇ ਤੇ ਬੱਚਾ ਦੇ ਯਾਰ ਵਾਕੇ ਹੀ ਨਾ ਕਹਿ ਰਹੀਏ ਵੀ ਇੱਕ ਤਰਾਚੇ ਹੀਰੇ ਵਾਂਗ ਹੋਈ ਹੈ ਕੋਈ ਨੂਰ ਹੀਰਾ ਹੀ ਮੈਂ ਤਾਂ ਕਹਿ ਸਕਦਾ ਬਾਕੀ ਬਈ ਮਾਂ ਨੂੰ ਪੁੱਤ ਪਿਆਰਾ ਹੁੰਦਾ ਹੈ ਤੇ ਹੁਣ ਗੱਲ ਆ ਜਾਣੀ ਹੈ ਥੋੜੀ ਘੋੜੇ ਬਾਰੇ ਤੁਹਾਨੂੰ ਕੱਲੀ ਕੱਲੀ ਗੱਲ ਅਸੀਂ ਦੱਸਣੀ ਹੈ ਪਰ ਉੱਤੇ ਸਹੀ ਤੁਸੀਂ ਮਾਰਨੀ ਹੈ ਟਿਕ ਮਾਰ ਕੇ ਤੁਸੀਂ ਕਰਨਾ ਹੈ ਅੱਛਾ ਬਾਈ ਇਹਦੀ ਕਿੰਨੀ ਉਮਰ ਹੋਗੀ ਇਹ 4 ਸਾਲ ਪਲੱਸ ਹੋ ਗਿਆ ਬਾਈ ਜੀ ਤੇ ਮੈਂ ਦੱਸੀ ਜਾਂਦਾ ਛੱਗੇ ਵੀ ਨੂਰੇ ਦਾ ਪਿਓ ਵਾਲੇ ਪਾਸਿਓਂ ਨੂਰਾ ਜੀ ਤੇ ਮਾਂ ਵਾਲੇ ਪਾਸਿਓਂ ਮਦਰ ਇਹਦੀ ਦਲਸ਼ੇਰ ਕਾਕੀ ਦੀ ਹੂੰ ਤੇ ਬਾਕੀ ਤੁਹਾਡੇ ਸਾਹਮਣੇ ਆ ਦਲਸ਼ੀਰ ਕਾਕੀ ਦਾ ਵੀ ਬਾਈ ਖਾਨਦਾਨ ਸਾਰਾ ਚੰਗਾ ਹਨਾ ਇਧਰੋਂ ਨੂਰੇ ਬਕਰਪੁਰ ਵਾਲੇ ਨੇ ਤੇ ਜਿਹੜੇ ਕਿਲ ਗੱਡੇ ਉਹ ਤਾਂ ਗੱਡੇ ਹੀ ਆ ਹਨਾ ਤੇ ਗਾਂ ਜਿਹੜੀ ਆ ਜਿਹੜੀ ਖੂਨ ਚ ਆ ਗਈ ਚੀਜ਼ ਉਹ ਤਾਂ ਗਾਂ ਕਿਆ ਹੀ ਬਾਤਾਂ ਹਨਾ ਬਾਈ ਇਹਦੀ ਹਾਈਟ ਕਿੰਨੀ ਹੈ ਹਾਈਟ ਬਾਈ ਇਹਦੀ 65 ਹੈ 65 ਫੱਟੀ ਵਾਲਾ ਐਗਜੈਕਟ ਜੀ ਤੇ ਇੱਕ ਸੱਜਣੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਿਓ ਬਾਈ ਤੁਹਾਡੀ ਹਾਈਟ ਕਿੰਨੀ ਹੈ ਵੀ ਚੰਨਾ ਪਾਰੀਏ ਮੇਰੀ ਸਵਾ 6 ਹੈ ਬਾਈ ਸਵਾ 6 ਫੁੱਟ ਬਾਈ ਦੀ ਹਾਈਟ ਹੈ ਤੇ ਕਹਿੰਦੇ ਇਹ ਨਾ ਸੋਚ ਲੋ ਵੀ ਬਾਈ ਲਾਗੇ ਖੜਾ ਇਹਦੇ ਸ਼ਾਇਦ ਘੋੜੇ ਦੀ ਹਾਈਟ ਨਿੱਕੀ ਲੱਗਦੀ ਐ ਵੀ ਘੋੜਾ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਖੁੱਲਾ ਵੱਡੇ ਮੋٹے ਹੱਡ ਗੋਡਿਆਂ ਦਾ ਬਾਈ ਹੈ ਨਾ ਹੋਰ ਘੋੜੇ ਦੇ ਵਿੱਚ ਕੀ ਮੰਨ ਲਓ ਤੁਹਾਨੂੰ ਦਿਸਿਆ ਕਿੰਨਾ ਚਿਰ ਹੋ ਗਿਆ ਆਪਣੇ ਕੋਲੇ ਆਪਣੇ ਕੋਲੇ ਤਕਰੀਬਨ ਤਕਰੀਬਨ ਇਹਨੂੰ ਬਾਈ ਪੌਣੇ 2 ਸਾਲ ਹੋ ਗਏ ਜੀ ਤੇ ਹਰਿਆਣੇ ਚ ਸੀਗਾ ਇਹ ਇਹਦੀ ਉਮਰ 4 ਸਾਲ ਹੋ ਗਈ ਬਾਈ ਇਹਦੀ 4 ਸਾਲ ਪਲੱਸ ਹੋ ਗਿਆ ਬਾਈ ਜੀ ਤੇ ਆਪਣੇ ਕੋਲੇ ਦੋ ਦੋ ਸਵਕ ਦੋ ਸਾਲ ਦਾ ਸੀ ਬਛੇਰਾ ਲਿਆਏ ਸੀ ਤੁਸੀਂ ਜਦੋਂ ਆਪਣੇ ਕੋਲੇ ਆਇਆ ਜੀ ਤੇ ਉਹ ਤੋਂ ਬਾਅਦ ਹੁਣ ਤੁਹਾਡੇ ਸਾਹਮਣੇ ਆ ਜੀ ਤੇ ਬਾਈ ਇਹ ਕੋੜਾ ਤੁਹਾਡਾ ਨਾ ਜਿਹੜੀ ਇਹਦੀ ਲੁੱਕ ਹੈ ਜਿੱਦਾਂ ਮੰਨ ਕੇ ਚੱਲੋ ਵੀ ਜਿਹੜੇ ਮੁਕਾਬਲੇ ਵਾਲੇ ਕੰਪੀਟੀਸ਼ਨ ਵਾਲੇ ਜਾਨਵਰ ਹੁੰਦੇ ਆ ਹਨਾ ਇਹਨੂੰ ਕਿਹੜੇ ਕੰਪੀਟੀਸ਼ਨ ਚ ਵੀ ਪਾਇਆ ਪਹਿਲਾਂ ਕਿਵੇਂ ਇਹ ਬਾਈ ਜਿਹਦੇ ਕੋਲੇ ਸੀਗਾ ਜਿਹਦੇ ਘਰੇ ਪੈਦਾ ਹੋਇਆ ਹੈ ਜੀ ਜੀ ਉਹ ਉਹਨਾਂ ਨੇ ਪਾਇਆ ਸੀ ਇਹਨੂੰ ਕੰਪੀਟੀਸ਼ਨ 'ਚ ਉਦੋਂ ਦੁੱਧ ਦੰਦ ਹੀ ਸੀ ਉਹਨਾਂ ਨੇ ਉਹ ਕਿਹ ਖੀਰਾ ਬੱਚੇ ਪਾਇਆ ਸੀ ਖੀਰਾ ਬੱਚਾ ਪਾਤਾ ਸੀ ਜੀ ਤੇ ਉਦੋਂ ਵੀ ਇਹ 7ਵੇਂ ਨੰਬਰ ਤੇ ਸੀ ਜੀ ਤੇ ਆਪਾਂ ਉਦੋਂ ਮੈਂ ਸੁਣਿਆ ਬਾਈ ਪਾਇਆ ਪਾਇਆ ਵੀ ਉਹ ਦੂਜਿਆਂ ਨਾਲ ਸੀਗਾ ਦੁੱਧ ਦੰਦ ਵਾਲਿਆਂ ਦਾ ਦੋ ਦੰਦਾਂ ਪਾਤਾ ਸੀ ਹਾਂਜੀ ਇਹ ਵੀ ਬਹੁਤ ਵੱਡੀ ਗੱਲ ਹੈ ਦੋ ਦੰਦ ਵਾਲਿਆਂ 'ਚ ਵੀ ਇੰਨੇ ਨੰਬਰ ਤੇ ਆ ਗਏ ਹਾਂਜੀ ਹਾਂਜੀ ਜੀ ਫਿਰ ਆਪਾਂ ਜੋਧਪੁਰ ਲੈ ਗਏ ਸੀ ਇਹਨੂੰ ਜੀ ਜੋਧਪੁਰ ਆਪਾਂ 3rd ਸੀਗੇ ਵਾਹ ਜੀ ਵਾਹ ਤੇ ਉਹ ਤੋਂ ਬਾਅਦ ਤਾਂ ਬਸ ਹੁਣ ਫਿਰ ਤੇ ਹੁਣ ਗਾਂ ਦਾ ਕੀ ਵਿਚਾਰ ਹੈ ਬਾਈ ਖੜੋਗੇ ਮੁਕਾਬਲਿਆਂ 'ਚ ਕਿਉਂਕਿ ਲੋਕ ਹੁਣ ਡਿਮਾਂਡ ਕਰਨਗੇ ਘੋੜੇ ਨੂੰ ਤੇ ਫੋਨ ਮਾਰ ਵੀ ਕਰਨਗੇ ਹਨਾ ਹਾਂਜੀ 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 ਦੇਖੀ ਜਾਂਦੀ ਆ ਤੇ ਦੋਸਤੋ ਤੁਸੀਂ ਵੀ ਹੁਣ ਨਾ ਇੱਕ ਮੇਰੀ ਪਲੀਜ਼ ਬੇਨਤੀ ਆ ਵੀ ਏਡੇ ਚੰਗੇ ਬੰਦੇ ਆ ਯਾਰ ਏਡੇ ਘੈਂਟ ਬੰਦੇ ਆ ਵੀ ਤੁਸੀਂ ਬਾਈ ਨੂੰ ਫੋਨ ਲਾ ਕੇ ਯਾਰ ਬਾਈ ਦੋਵਾਂ ਦਾ ਅਮਰਦੀਪ ਬਾਈ ਦਾ ਤੇ ਬਾਈ ਤਲਵਿੰਦਰ ਦਾ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨੂੰ ਇੱਕ ਵਾਰੀ ਵਧਾਈਆਂ ਜ਼ਰੂਰ ਦਿਓ ਤੇ ਬਾਈ ਨੂੰ ਤੁਸੀਂ ਇਸ ਘੋੜੇ ਨੂੰ ਜਿਵੇਂ ਆਉਣ ਵਾਲੇ ਮੁਕਾਬਲਿਆਂ ਦੇ ਵਿੱਚ ਵੇਖਣਾ ਚਾਹੁੰਦੇ ਹੋ ਤੇ ਤੁਸੀਂ ਜਰੂਰ ਬਾਈ ਨੂੰ ਯਾਰ ਕਿਉ ਤੇ ਬਾਈ ਫਿਰ ਤਾਂ ਲੈ ਕੇ ਜਾਣਾ ਪਊਗਾ ਹਨਾ हां भाई चंगा जानवर बिल्कुल चंगा जानवर लावांगे जी, जी। हां जी ते भाई एदे मान के चलो का कोड़िया काड़ियां ते फिर ਛੱਡ ਦਿਓ ਕੋੜੀਆਂ ਤੇ ਛੱਡਦੇ ਆਂ ਬਾਈ ਤੇ ਕੀ ਸੇਵਾ ਰੱਖਤੀ ਬਾਈ oh ਬਾਈ ਫੀਸ ਤਾਂ ਪੱਗਿਆ ਰੱਖਿਆ ਰੁਪਿਆ ਜੀ ਬਾਕੀ ਜੇ ਕੋਈ ਦੂਰੋਂ ਨੜੇ ਆਉਂਦਾ ਤਾਂ ਵੀ ਫੀਸ ਫੀਸ ਵਾਲਾ ਆਪਾਂ ਨੂੰ ਕੋਈ ਵਹਿਮ ਨਹੀਂ ਹੈ ਵੀ ਜੈਨੂਨ ਹੈ ਹਾਂ ਜੀ ਬਾਕੀ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ 11000 ਵਾਲਾ ਨਾ ਇੱਕ ਬਾਈ ਨੇ ਵੈਸੇ ਹੀ ਕਿਹਾ ਹੈ ਵੀ ਇਹਨਾਂ ਦਾ ਕੋਈ ਪਤਾ ਨਹੀਂ ਆ ਵੀ ਲੈਣ ਤੁਹਾਡੇ ਤੋਂ ਨਾ ਲੈਣ ਬੰਦੇ ਇਦਾਂ ਦੇ ਹੀ ਐ ਜੇ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਬਾਈ ਨੂੰ ਤੇ ਬਾਕੀ ਭਾਈ ਜੇ ਮੰਨ ਕੇ ਚੱਲੋ ਦੂਰੋਂ ਨੇੜੇ ਕੋਈ ਆ ਜੇ ਤਾਂ ਹਾਂਜੀ ਹਾਂ ਹਾਂ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਹੋਰ ਰਿਜ਼ਲਟ ਕਿੰਨੇ ਕ ਪਹਿਲਾਂ ਕਿੰਨੇ ਕ ਆ ਗਏ ਰਿਜ਼ਲਟ ਭਾਈ ਅਸਲ ਵਿੱਚ 20 ਕੁ ਕੋੜੀਆਂ ਵਾਈ ਤੇ ਤਾਂ ਉਹਨੇ ਛੱਡਿਆ ਸੀ ਓਕੇ ਜਿਨ੍ਹਾਂ ਕੋਲੇ ਸੀਗਾ ਜੀ ਇਹ 1 ਸਾਲ ਦੇ ਵਿੱਚ ਛੱਡਿਆ ਮੇਰੇ ਖਿਆਲ ਹੈਣਾ ਸਾਲ ਕੀ ਛੱਡਿਆ ਜੀ ਹਾਂਜੀ 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 ਤੇ 35 ਕੋਡੀਆਂ ਆਪਣੇ ਕੋਲੇ ਭਰ ਗਈਆਂ ਹੋਣ ਅੱਛਾ ਹਾਂਜੀ ਬਿਨਾਂ ਐਡਵਰਟਾਈਜ਼ਮੈਂਟ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਕਿਉਂਕਿ ਇੱਕ ਦੋ ਵੀਡੀਓ ਹੀ ਥੋੜੀਆਂ ਆਈਆਂ ਪਹਿਲਾਂ ਥਾਂ ਬਾਈ ਇੱਕ ਇੱਕਿਆ ਦੋ ਵੀਡੀਓ ਆਈ ਹੈ ਬਾਈ ਪਹਿਲਾਂ ਬਾਈ ਇੰਨਾ ਚਿਰ ਲੁਕੇ ਕੱਧੋਂ ਰਹਿ ਯਾਰ ਇਹ ਵੀ ਸਵਾਲ ਬਣਦਾ ਫਿਰ ਬਸ ਬਾਈ ਲੁਕੇ ਕੀ ਆਪਦਾ ਸਾਈਡ ਤੇ ਕੰਮ ਕਰੀ ਜਾਂਦੇ ਆਪਾਂ ਤਾਂ ਜਿਆਦਾ ਜੀ ਬਸ ਠੀਕ ਹੈ ਨਹੀਂ ਫਿਰ ਵੀ ਜੇ ਚੰਗਾ ਜਾਨਵਰ ਹੈ ਤਾਂ ਖੁੱਲ ਕੇ ਮੜਾ ਜਾ ਮੈਦਾਨ ਚ ਆਓ ਹਾਂਜੀ ਹਾਂ ਤੇ ਪੱਟਾਂ ਦੇ ਥਾਪੀ ਮਾਰ ਕੇ ਜਦੋਂ ਕਬੱਡੀ ਪਾਈਦੀ ਹੈ ਨਾ ਫਿਰ ਉਹਦਾ ਕਬੱਡੀ ਪਾਉਣੀ ਪੈਣੀ ਹੁਣ ਨਹੀਂ ਕੋਈ ਨਹੀਂ ਬਾਈ ਜੀ ਚੰਗਾ ਜਾਨਵਰ ਆਪਣਾ ਥਾਂ ਤੇ ਨਾਂ ਆਪ ਹੀ ਬਣਾ ਲੈਂਦਾ ਬਾਈ ਇਹ ਤਾਂ ਹੈ ਬਾਈ ਬਿਲਕੁਲ ਬਾਕੀ ਜਿਹੜੇ ਭਰਾ ਭਾਈ ਦੂਰ ਨੇੜੇ ਆ ਜਿੱਦਾਂ ਹੁਣ ਕੋਈ ਅਮਰੀਕਾ ਬੈਠਾ ਕੈਨੇਡਾ ਬੈਠਾ ਕੋਈ ਤਮਨ ਲਾਡੂ ਬੈਠਾ ਹੈ ਨਾ ਉਹ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਵਰਦਾਨ ਹੈ ਵੀ ਲੋਕ ਉਹ ਵੀ ਆਪਣੇ ਘੋੜੇ ਦੇ ਦਰਸ਼ਨ ਕਰ ਲੈਂਦੇ ਹਨ ਇਸ ਕਰਕੇ ਮੈਂ ਕਹਿੰਦਾ ਵੀ ਖੁੱਲ ਕੇ ਆਉਣਾ ਚਾਹੀਦਾ ਹੈ ਨਾ ਤੇ ਬਾਈ ਹੋਰ ਵੀ ਤੁਹਾਡੇ ਕੋਲੇ ਜਿਹੜੀਆਂ ਘੋੜੀਆਂ ਨੇ ਬਹੁਤ ਸ਼ਾਨਦਾਰ ਘੋੜੇ ਰੱਖੀਆਂ ਮਾਰਵਾੜੀ ਦੇ ਵਿੱਚ ਜਾਰੀਆਂ ਨੇ ਤੇ ਨੁਕਰੀਆਂ ਵੀ ਹੈਗੀਆਂ ਤੇ ਮੈਂ ਸੁਣਿਆ ਬਾਈ ਤੁਹਾਡੇ ਕੋਲੇ ਜਿਹੜੀ ਇੱਕ ਘੋੜੀ ਕੋਈ ਵਾਵਾ AZ ਹੈ ਜਿਹੜੀ ਸਭ ਤੋਂ ਪਹਿਲੀ ਘੋੜੀ ਹੈ ਉਹ ਕਿੰਨੀ ਕੁ ਪੁਰਾਣੀ ਕਿੰਨੀ ਏਜ ਆ ਬਾਈ ਉਹਦੀ ਨੁਕਰੀ ਕੋੜੀ ਬਾਈ ਆਪਣੇ ਕੋਲੇ ਉਹ ਹੈਗੀ ਸੂਰਜ ਦੀ ਆ ਬਾਈ ਜੀ ਤੇ ਉਹ ਕਾਫੀ ਏਜ ਦਾ ਕੋੜੀ ਕਿੰਨੀ ਹੈ ਕਿੰਨੀ ਉਮਰ ਹੋ ਗਈ ਬਾਈ ਇਹਦੀ ਉਹਦੀ 12 14 ਸਾਲ ਦੀ ਹੋਊਗੀ ਪੀ ਹਾਂਜੀ ਤੇ ਮੈਂ ਸੁਣਿਆ ਬਾਈ ਉਹਨੇ ਬੱਚੇ ਵੀ ਬੜੇ ਤਗੜੇ ਤਗੜੇ ਦੇਦੇ ਕੰਪੀਟੀਸ਼ਨ ਵੀ ਲੜੇ ਇਹਦੇ ਬੱਚੇ ਉਹ ਮੈਂ ਉਹਨੇ ਬਾਈ ਉਹ ਦਾਰਾ ਹੋਇਆ ਘੋੜਾ ਖੂਰੇ ਦਾ ਉਹ ਵੀ ਜੀ ਉਹਦੀ ਮਦਰ ਹੈ ਇਹ ਓਕੇ ਤੇ ਹੁਣ ਇਹਦੇ ਪਿੱਛੇ ਵਸ਼ੇਰਾ ਸੀ ਜੀ ਤੇ ਹੁਣ ਆਪਣੇ ਵਾਲੇ ਘੋੜੇ ਤੋਂ ਗੱਬਣਾ ਹੁਣ ਕਿੰਨੇ ਚਿਰ ਦੀ ਗੱਬੜੂਗੀ ਬਾਈ ਹੁਣ ਚੈੱਕ ਪੋਸ ਹੈ ਬਾਈ ਜੀ ਹਾਂਜੀ ਵਾਹ ਜੀ ਵਾਹ ਤਾਂ ਸੱਚ ਜਨੂੰ ਇਹ ਵੀ ਤੁਸੀਂ ਵਿਚਾਰ ਜਿਹੜੇ ਜਿਹੜੇ ਜਾਨਵਰ ਵਿਖਾਉਨੇ ਆ ਨਾ ਤੁਸੀਂ ਬਾਈ ਬਣ ਕੇ ਜਾਨਵਰਾਂ ਦੇ ਬਾਰੇ ਜਰੂਰ ਦੱਸਿਆ ਕਰੋ ਤੇ ਅਗਲੇ ਨੂੰ ਵੀ ਥੋੜਾ ਜਿਹਾ ਹੌਸਲਾ ਹੁੰਦਾ ਹੈ ਬੰਦੇ ਨੂੰ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਬਾਈ ਆਪਾਂ ਹਰ ਵੀਡੀਓ 'ਚ ਹੀ ਕਹਿੰਦੇ ਹੁੰਦੇ ਆ ਕਿ ਘੋੜੇ ਪਹਿਲੀ ਦੀ ਗੱਲ ਨਾ ਦੇ ਪੈਸੇ ਨਾ ਰੱਖੇ ਜਾਂਦੇ ਆ ਤੇ ਨਾਂ ਵਾਲੇ ਮੰਨ ਲਓ ਚੁਸਤ ਚਲਾਕ ਹੋ ਕੇ ਰੱਖੇ ਜਾਂਦੇ ਆ ਇਹ ਤਾਂ ਸਤਕਾਰ ਨਾਲ ਰੱਖੇ ਜਾਂਦੇ ਆ ਇਹ ਤਾਂ ਮੰਨ ਕੇ ਚੱਲੋ ਵੀ ਇਹ ਮਾਰੀ ਦੀ ਦੇਣ ਹੀ ਕਹਿ ਸਕਦੇ ਆ ਆਪਾਂ ਵੀ ਉਹਨਾਂ ਨੇ ਜੇ ਤੁਹਾਡੇ ਕਰਮਾਂ 'ਚ ਕੋਈ ਤੁਹਾਡਾ ਪੁਰਾਣਾ ਕਰਮ ਚੰਗਾ ਹੈ ਤਾ ਉਹ ਨਿਸ਼ਾਨੀਆਂ ਹੁੰਦੀਆਂ ਵੀ ਯਾਰ ਜਿਹੜੇ ਬਾਰੇ ਤੁਹਾਨੂੰ ਘੋੜੇ ਬਖਸ਼ਦਾ ਤੇ ਘੋੜੇ ਬਾਰੇ ਜ਼ਰੂਰ ਚੰਨਣਾ ਪਾਇਆ ਕਰੋ ਵੀ ਜਿਹੜਾ ਜਾਨਵਰ ਤੁਹਾਨੂੰ ਕਿਵੇਂ ਲੱਗਾ ਜਾਂ ਕਿਵੇਂ ਉਹਦੇ ਕੱਟ ਪੁਆਇੰਟ ਲੱਗੇ ਅੱਛਾ ਬਾਈ ਉਹ ਜਿਹੜੀਆਂ ਭੱਜੀਆਂ ਫਿਰਦੀਆਂ ਘੋੜੀਆਂ ਉਹਨਾਂ ਘੋੜੀਆਂ ਦੇ ਵਿੱਚ ਮਾਰਵਾੜੀ ਦੀ ਗੱਲ ਕਰੀਏ ਆਪਾਂ ਕਾਲੀਆਂ ਘੋੜੀਆਂ ਦੇ ਵਿੱਚ ਉਹਨਾਂ ਚ ਕਿਹੜੀ ਕਿਹੜੀ ਘੋੜੀ ਹੈ ਘੋੜੀ ਆਪਣੇ ਕੋਲੇ ਵੱਡੀ ਘੋੜੀ ਹੈਗੀ ਬਾਈ ਕਾਲੀ ਮੱਥੇ ਫੁੱਲ ਵਾਲੀ ਉਹ ਕਿਹੜੇ ਘੋੜੇ ਦੀ ਹੈ ਬਾਈ ਉਹ ਚੌਪਰ ਦੀ ਹੈ ਹੂੰ ਤੇ ਅੱਗੇ ਉਹਦੇ ਪਾਰਸ਼ ਦੀ ਬਸ਼ੇਰੀ ਆ ਉਹਦੇ ਹੇਠਾਂ ਜੀ ਤੇ ਹੁਣ ਪਿੱਛੇ ਉਹਦੇ ਕਾਲਾ ਜਾਦੂ ਹੈ ਕਾਲੇ ਕਾਂਟੇ ਦਾ ਹੂੰ ਉਹਦਾ ਬਸ਼ੀਰਾ ਹੈ ਓਕੇ ਉਹ ਜਿਹੜਾ ਬਸ਼ੀਰਾ ਜਿਹੜਾ ਕੰਨ ਕਨੋਂ ਬਹੁਤ ਸੋਹਣਾ ਬਸ਼ੀਰਾ ਹੈ ਹਾਂਜੀ ਹਾਂਜੀ ਹੂੰ ਤੇ ਉਹਦੀ ਬਾਈ ਉਮਰ ਕਿੰਨੀ ਹੋਗੀ ਤੇ ਕਿੰਨੀ ਹਾਈਟ ਹੈ ਉਹਦੀ ਹਾਈਟ 63 ਪਲੱਸ ਹੈ ਬਾਈ ਜੀ ਤੇ ਉਮਰ ਉਹਦੀ ਤਕਰੀਬਨ ਤਕਰੀਬਨ ਕੋਈ 7-8 ਸਾਲ ਦੀ ਹੋਗੀ ਹੂੰ ਉਹ ਵੀ ਚੰਗੀ ਐ ਕੁੜੀ ਖੁੱਲੀ ਐ ਹਣਾ ਹੁਣ ਉਹ ਫੇਰ ਗੱਭਣਾ ਬਾਈ ਜੀ ਤੇ ਹੁਣ ਉਹ ਵੇਜੇ ਰਾਜ ਤੋਂ ਆ ਹੂੰ ਉਹ ਆਜੀ ਹਾਂਜੀ ਚਲੋ ਤੇ ਬਾਈ ਇੱਕ ਉਹਦੇ ਨਾਲ ਹੋਰ ਕਾਲੀ ਕੁੜੀ ਪੱਜੀ ਫਿਰਦੀ ਐ ਉਹਦੇ ਬਾਰੇ ਵੀ ਦੱਸ ਦੇ। ਉਹ ਇੱਕ ਤਾਂ ਉਹਦੀ ਬੱਚੀ ਹੈ ਜੀ 파ਰਸ ਦੀ। ਹਾਂਜੀ। ਇਸੇ ਕੋੜੀ ਦੀ। ਜੀ। ਤੇ ਅੱਛਾ ਇਹ ਇਹ ਉਸੇ ਕੋੜੀ ਜਿਹਦੀ ਆਪਾਂ ਗੱਲ ਕਰਕੇ ਅੱਡੇ ਉਹਦੀ ਬੱਚੀ ਹੈ। ਉਹਦੀ ਬੱਚੀ ਹੈ। ਓਕੇ ਓਕੇ ਤੇ ਪਾਰਸ ਵਾਲੇ ਪਾਸੋਂ ਜੀ। 파ਰਸ ਕੋੜੇ। 파ਰਸ ਦੀ। 파ਰਸ ਦੀ। ਉਹ ਆ ਰਹੀ। ਤੇ ਇੱਕ ਆਪਣੇ ਕੋਲੇ ਜਿਹੜੀ ਤੁਸੀਂ ਦੇਖੀ ਹੋਣੀ ਆ ਬਲੇਸ ਵਾਲੀ ਆ। ਉਹ ਕਾਂਟੇ ਦੀ ਬੱਚੀ ਆ ਬਾਈ। ਜੀ। ਉਹ ਹੁਣ ਗੱਬਣ ਬਾਈ ਗੈਰੀ ਕੋਲੇ ਆ ਲਾਲ ਵਿਰਾਟ। ਹੂੰ। ਉਹਦੇ ਤੋਂ ਹੂੰ ਚੰਗਾ ਕੋੜਾ ਬਹੁਤ ਸੋਨਾ ਕੋੜਾ ਬਈ ਹਾਂਜੀ ਹਾਂਜੀ ਬਈ ਜੀ ਕਿੰਨੇ ਚਿਰ ਦੀ ਗੱਬਣ ਹੋ ਗਈ ਬਈ ਉਹ ਹੋ ਗਈ ਬਈ ਤਕਰੀਬਨ ਤਕਰੀਬਨ 5 6 ਮਹੀਨਿਆਂ ਦੀ ਹੂੰ ਤੇ ਬਈ ਕਿਵੇਂ ਆ ਫੇਰ ਮੰਨ ਲਓ ਜੰਗ ਜਨਰੇਸ਼ਨ ਹੋ ਤੇ ਰਾਈਡਿੰਗ ਰੂਟਿੰਗ ਦਾ ਹਾਂ ਰਾਈਡਿੰਗ ਕਰ ਲੈਣੇ ਆ ਬਈ ਕਿੰਨੇ ਕੁ ਦਿਨੀ ਬਈ ਜ਼ਿਆਦਾ ਸਮਾਂ ਤਾਂ ਨਹੀਂ ਲੱਗਦਾਗਾ ਬਾਕੀ ਸ਼ਨੀਵਾਰ ਐਤਵਾਰ ਦੋ ਦਿਨ ਪੱਕੇ ਨਾ ਚ ਹੀ ਹੋਣੇ ਪੱਕੇ ਕਨਫਰਮ ਹੀ ਆ ਹਾਂਜੀ ਹਾਂਜੀ ਤੇ ਵੈਸੇ ਜਿੱਦਾਂ ਮੰਨ ਲਓ ਵੀ ਕੰਮ ਤੇ ਜਾਣਾ ਹੈ ਜਾਂ ਆਉਣਾ ਹੈ ਤੇ ਉਦੋਂ ਤੇ ਜਿਹੜਾ ਪੱਕਾ ਵਜਦਾ ਉਸ ਵੇਲੇ ਸ਼ਾਮ ਨੂੰ ਜਾਨ ਲੱਗੇ ਜੀ ਸ਼ਾਮੀ ਘਰੇ ਆਉਣ ਲੱਗੇ ਬਾਈ ਬੜੇ ਕਰਮਾਪਾਗਾਂ ਲਿਓ ਵੀ ਜਿਹੜੇ ਘੋੜਿਆਂ ਦੇ ਦਰਸ਼ਨ ਕਰਕੇ ਹੀ ਜਾਂਦੇ ਹੋ ਤੇ ਆਣ ਕੇ ਵੀ ਘੋੜਿਆਂ ਦੇ ਦਰਸ਼ਨ ਹੁੰਦੇ ਹਨਾ ਦਿਨ ਵੀ ਚੰਗਾ ਲੱਗਦਾ ਤੇ ਰਾਤ ਵੀ ਚੰਗੀ ਲੱਗਦੀ ਹੈ ਰਾਤ ਨੂੰ ਫਿਰ ਇਹਨਾਂ ਦੇ ਸੁਪਨੇ ਹੀ ਆਉਣੇ ਹਨਾ ਤੇ ਬਾਈ ਹੁਣ ਨਾ ਆਪਾਂ ਆਈ ਇੱਕ ਹੋਰ ਤੁਹਾਡੇ ਕੋਲੇ ਬਹੁਤ ਸੋਹਣੀ ਬਸ਼ੇਰੀ ਹੈ ਨੁਕਰੀ ਹਾਂਜੀ ਹਾਂਜੀ ਬਾਈ ਬਹੁਤ ਕੰਨ ਕਨੋਤੀ ਦੀ ਘੈਂਟ ਤੇ ਸਪੌਟਲੈਸ ਹੈਨਾ ਤੁਹਾਡਾ ਵਸ਼ੇਰਾ ਜਿਹੜਾ ਆਪਾਂ ਘੋੜਾ ਵਿਖਾ ਰਹੇ ਹਾਂ ਉਹ ਵੀ ਸਪੌਟਲੈਸ ਹੈਨਾ ਇੱਕ ਵੀ ਦਾਗ ਕਾਲਾ ਹੈ ਨਹੀਂ ਉਹਦੇ ਤੇ ਬੱਚਿਆਂ ਦੇ ਵੀ ਬਾਈ ਇਦਾਂ ਦੇ ਆ ਰਿਹਾ ਇਹਦੇ ਹਾਂ ਬੱਚੇ ਇਹਦੀ ਇਹਦੀ ਆਪਣੇ ਵਾਲੇ ਘੋੜੇ ਦੀ ਬੱਚੀ ਆ ਆਪਣੇ ਕੋਲੇ ਜਿਹੜੀ ਨੁਕਰੀ ਘੋੜੀ ਦੀ ਤੁਸੀਂ ਗੱਲ ਜਿਹੜੀ ਵਸ਼ੇਰੀ ਦੀ ਗੱਲ ਕਰਦੇ ਹੋ ਜੀ ਉਹਦੀ ਮਾਂ ਤੋਂ ਹੈ ਆਪਣੇ ਘੋੜੇ ਤੋਂ ਬੁਛੇਰੀ ਓਕੇ ਹਾਂਜੀ ਜਿਹੜੀ ਛੋਟੀ ਬੁਛੇਰੀ ਨੁਕਰੀ ਤੁਸੀਂ ਭੱਜੀ ਜਾਂਦੀ ਦੇਖੀ ਹਾਂਜੀ 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 ਉਹ ਇਸੇ ਕੋੜ ਆਪਣੇ ਨਾਲ ਕੋੜੇ ਦੀ ਉਹ ਜਿਹੜਾ ਨਿਕਾਇਆ ਬੱਚਾ ਪਰੇ ਭੱਜ ਜਾਂਦਾ ਹਾਂਜੀ 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 ਉਹ ਵੀ ਬਹੁਤ ਸ਼ਕੀਨ ਹੈ ਹਾਂਜੀ ਹਾਂਜੀ ਤੇ ਜਿਹੜੀ ਆਪਾਂ ਵੱਡੀ ਬੁਛੇਰੀ ਦੀ ਗੱਲ ਕਰਦੇ ਉਹ ਵੱਡੀ ਬੁਛੇਰੀ ਆਪਣੇ ਲਈ ਉਹ ਹੋ ਗਈ ਹੁਣ 2 ਸਾਲ ਦੀ ਬਾਈ ਜੀ ਉਹ ਨਾ ਗੁਰੂ ਹਰ ਸਹਾਏ ਘੋੜਾ ਸੀ ਗਿਆਨੀ ਆਲਾ ਬੋਲਦੇ ਸੀ ਉਹਨਾਂ ਓਕੇ ਉਹ ਜਦੋਂ ਭਕੂੜੀ ਲੈ ਕੇ ਆਏ ਆ ਉਹ ਘੋੜੀ ਆਪਣੇ ਕੋਲੇ ਆ ਕੇ ਸੂਈ ਆ ਉਸ ਘੋੜੇ ਦੀ ਬੱਚੀ ਆ ਜੀ ਬਹੁਤ ਕੀ ਇਹਦੀ ਮਦਰ ਦੇ ਇਹਦੀ ਮਦਰ ਹੈਟਾਂ ਆ ਜਿਹੜੀ ਬਸ਼ੇਰੀ ਦੀ ਗੱਲ ਕਰਦੇ ਹੁਣ ਆਪਣੇ ਵਾਲੇ ਘੋੜੇ ਤੋਂ ਛੋਟੀ ਬਸ਼ੇਰੀ ਆ ਓਕੇ ਦੁਬਾਰੇ ਫੇਰ ਆਪਣੇ ਵਾਲੇ ਘੋੜੇ ਤੋਂ ਕੱਪਣਾ ਵਾਹ ਜੀ ਵਾਹ ਚਲੋ ਬਹੁਤ ਵਧੀਆ ਗੱਲ ਹੈ ਬਾਈ ਇਹ ਵੀ ਇੱਕ ਨਾ ਇੱਕ ਦਿਨ ਨਾ ਤੁਹਾਡਾ ਨਾਮ ਜਰੂਰ ਆਪਸ਼ਨ ਕਰੂਗੀ ਇਹ ਜਿਹੜੀ ਬਸ਼ੇਰੀ ਹੈ ਤੇ ਇਹ ਬਾਈ ਜਿੱਦਾਂ ਹੁਣ ਬਰੀਡਿੰਗ ਪਰਪਸ ਵਾਲੇ ਆਪਾਂ ਥੋੜੀ ਗੱਲ ਕਰ ਲਈਏ ਚੰਗਾ ਵਾਰੇ ਨੇ ਤੁਹਾਨੂੰ ਘੋੜਾ ਬਖਸ਼ਤਾ ਹਾਂਜੀ ਭਾਈ ਹੁਣ ਗਾਂ ਫਿਰ ਕੀ ਸੋਚ ਰੱਖੀ ਆ ਤਲਵਿੰਦਰ ਨੇ ਤੇ ਬਾਈ ਅਮਰਦੀਪ ਨੇ ਵੀ ਕਿੱਦਾਂ ਚੱਲੋਂਗੇ ਕਿਵੇਂ ਬਰੀਡਿੰਗ ਕਰੋਂਗੇ ਕੀ ਕਰੋਂਗੇ ਬਾਈ ਆਪਣਾ ਬੱਚੇ ਪੈਦਾ ਕਰਕੇ ਵੇਚੋਂਗੇ ਜਾਂ ਕੀ ਪਰਪਸ ਹੈ ਸਭ ਨਾਲੋਂ ਪਹਿਲਾ ਤਾਂ ਇਹ ਆ ਵੀ ਆਪਣਾ ਕੋਈ ਵਪਾਰ ਤਾਂ ਹੈ ਨਹੀਂ ਇਹ ਜੀ ਆਪਣਾ ਤਾਂ ਸ਼ੌਂਕ ਹੀ ਆ ਸ਼ੌਂਕ ਹੈ ਬਾਕੀ ਆਏਗਾ ਵੀ ਘੋੜੇ ਨੂੰ ਚੰਗੀਆਂ ਘੋੜੀਆਂ ਮੇਟ ਕਰਾਵਾਂਗੇ ਉਹਦੀ ਬਰੀਡਿੰਗ ਕਰਾਂਗੇ ਬਸ ਇਹੀ ਆ ਬਾਈ ਹੂੰ ਵੈਸੇ ਕੋਈ ਵੀ ਭਰਾ ਤੁਹਾਨੂੰ ਜੇ ਮੰਨ ਕੇ ਚੱਲੋ ਵੀ ਕੋਈ ਪਤਾ ਨਹੀਂ ਮੈਨੂੰ ਕਰਨੀ ਚਾਹੀਦੀ ਗੱਲ ਕਿ ਨਹੀਂ ਪਰ ਜੇ ਕੋਈ ਬੰਨ ਕੇ ਚੱਲੋ ਵੀ ਲੱਖ ਜਾਂ ਕੋਈ ਮੰਨ ਲਓ ਛੋਟੇ ਪੱਧਰ ਦੀ ਘੋੜੀ ਹੈ ਜੋ ਭਰਾ ਵੀ ਆਪਣਾ ਆਪਣੇ ਤੋਂ ਬਰੀਡਿੰਗ ਲੈਣਾ ਚਾਹਵੇ ਤਾਂ ਤੁਸੀਂ ਉਹ ਖੁੱਲੇ ਦਰਵਾਜ਼ੇ ਆਪਣੇ ਕੋਈ ਵਹਿਮ ਨਹੀਂ ਭਾਈ ਕੋਈ ਵਹਿਮ ਨਹੀਂ ਜੋ ਮਰਜੀ ਜਿਵੇਂ ਦਾ ਮਰਜੀ ਜਿਵੇਂ ਦਾ ਮਰਜੀ ਜਾਨਵਰ ਆਵੇ ਕੋਈ ਵਹਿਮ ਨਹੀਂ ਕਈ ਵਾਰੀ ਭਾਈ ਹੁਣ ਇਹ ਸਵਾਲ ਪੁੱਛਣਾ ਤਾਂ ਜ਼ਰੂਰੀ ਹੈ ਸੱਜਣੋ ਕਿ ਕਈ ਵਾਰੀ ਨਾ ਭਰਾ ਸੋਚ ਲੈਂਦੇ ਵੀ ਨਹੀਂ ਯਾਰ ਵੱਡੇ ਬੰਦੇ ਚੰਗਾ ਘੋੜਾ ਹੈ ਤੇ ਚੰਗੀਆਂ ਤੇ ਹੀ ਛੱਡਣਗੇ ਸਾਡੇ ਅਰਗੇ ਨੂੰ ਤੇ ਸ਼ਾਇਦ ਨਾ ਕਰ ਦੇਣਾ ਹਨਾ ਪਰ ਉਹ ਵੀ ਬਾਈ ਨੇ ਭਾਈ ਤੁਹਾਡੇ ਫੁੱਲ ਚੜਾ ਦੇ ਗੱਲ ਤੇ ਫਿਰ ਤੁਸੀਂ ਕਨੈਕਟ ਕਰ ਲਿਓ ਜਿਹੜੀ ਮਰਜੀ ਘੋੜੀ ਲਿਆਓ ਜਿਵੇਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਵੀ ਆਪਾਂ ਛੱਡਾਂਗੇ ਬਾਕੀ ਇਹ ਨੰਬਰ ਹੈ ਘੋੜੇ ਦਾ ਸੱਜਣ ਉਹ ਵੀ ਬਾਈ ਦੱਸਦਾ ਸੀ ਤੇ ਮੈਂ ਬੱਚਾ ਵੀ ਬਾਈ ਬਾਈ ਨੇ ਫੋਟੋ ਵਿਖਾਈ ਸੀ ਜਿਹੜੀ ਬਸ਼ੇਰੇ ਦੀ ਬਾਈ ਅਮਰਦੀਪ ਨੇ ਹਾਂਜੀ ਤੇ ਉਹ ਜਿਹੜਾ ਬਿਲਕੁਲ ਕਾਲੀ ਘੋੜੀ ਹੈ ਮਾਰਵਾੜੀ ਤੇ ਮੱਥੇ ਬਲੇਜ਼ ਹੈ ਮੇਰੇ ਕੋਲ ਹਾਂ ਉਹਦੇ ਤੋਂ ਵੀ ਨੁਕਰਾਂ ਬਾਈ ਬੱਚਾ ਸਪੌਟਲੈਸ ਪੈਦਾ ਕਰਦਾ ਹੈ ਨਾ ਇਹ ਵੀ ਬਾਈ ਆਪਣੇ ਆਪ ਚ ਕਲਾਈ ਹੈ ਹੈਨਾ ਕੁਦਰਤ ਹੈ ਬਾਈ ਦੇਖੋ ਬਾਕੀ ਇਹਦੀ ਦੋਨੇ ਪਾਸਿਓਂ ਖਾਨਦਾਨੀ ਚੰਗੀ ਆ ਮਾੜੇ ਪਾਸਿਓਂ ਵੀ ਪਿਓ ਦੇ ਪਾਸਿਓਂ ਵੀ ਹਮ ਤੇ ਬਾਕੀ ਇਹੋ ਗੱਲ ਬਾਈ ਮੈਂ ਅੱਗੇ ਵੀ ਕਹਦਾ ਹੁੰਦਾ ਹਾਂ ਕਿ ਕੋੜੇ ਵਾਲੇ ਮੁੰਡਾ ਵਿਆਹਣ ਜਾਣ ਨਾ ਤੇ ਉਹ ਇੰਨੀ ਖਾਨਦਾਨੀ ਪਿਛੇ ਸ਼ਾਇਦ ਛਾਤੀ ਨਾ ਮਾਰਨ ਪਰ ਜਦੋਂ ਕੋੜਾ ਲੈਣ ਜਾਂਦੇ ਆਦੇ ਉਦੋਂ ਦੋਵੇਂ ਪਾਸਿਆਂ ਦੇ ਜਿੰਨੇ ਵੀ ਤੱਕ ਹੋ ਸਕਦਾ ਪਰਦਾਦੇ ਲੱਕੜਦਦਿਆਂ ਤੱਕ ਵੀ ਪਹੁੰਚਦੇ ਹਨ ਤੇ ਇਹ ਹੀ ਇੱਕ ਉਹਦਾ ਫਾਇਦਾ ਹੈ ਹਨਾ ਵੀ ਅੱਗੇ ਜਾ ਕੇ ਆਪਾਂ ਨੂੰ ਬਰੀਡਿੰਗ ਚੰਗੀ ਤੇ ਸੁਧਰਦੀ ਹੈ ਬਾਈ ਇਹ ਹੀ ਲਾਈਨ ਚੰਗੀ ਤੁਰਦੀ ਹੈ ਜੀ ਤਲਵਿੰਦਰ ਬਾਈ ਇੱਕ ਤੁਹਾਡੇ ਕੋਲੇ ਬੱਚੇ ਵੀ ਬੜੇ ਖੂਬਸੂਰਤ ਹੈ ਉਹਨਾਂ ਬਾਰੇ ਵੀ ਜਾਣਕਾਰੀ ਦੇ ਦਿੱਤੀ ਜਿਹੜਾ ਖਮੈਤ ਕਲਰ ਦਾ ਇੱਕ ਬੱਚਾ ਹੈ ਆਪਣੇ ਕੋਲੇ ਉਹ ਬਛੇਰੀ ਹੈ ਜੀ ਬਛੇਰੀ ਜੀ ਉਹ ਬਛੇਰੀ ਹੈ ਆਪਣੇ ਕੋਲੇ ਘੋੜੀ ਹੈ ਮਾਰਵਾੜੀ ਜੀ ਤੇ ਉਹ ਬੱਚੀ ਦਰੋਣੇ ਦੀ ਹੈ ਹੂੰ ਤੇ ਇੱਕ ਆਪਣੇ ਕੋਲੇ ਨੀਲੀ ਘੋੜੀ ਉਹ ਸੌਰੀ ਉਹਦੀ ਉਮਰ ਕਿੰਨੀ ਹੈ ਬਾਈ ਉਹਦੀ ਬੱਚੀ ਹੈਗੀ ਕੋਈ ਤਕਰੀਬਨ 9 ਮਹੀਨਿਆਂ ਦੀ ਓਕੇ ਹਾਂਜੀ ਪਿੱਠਪੁੜੇ ਦੀ ਉਹ ਬਰੀਕੀਆਂ ਦਾ ਸਾਰੇ ਜਨਮ ਜਾਨਵਰ ਜੀ ਤੇ ਦੂਜਾ ਬਾਈ ਤੇ ਨੌਕਰੀ ਤਾਂ ਮੈਦਾਨੀ ਦਿੱਤਾ ਆਪਣੇ ਕੋਲੇ ਦੀ ਹੈ ਜੀ ਤੇ ਤੀਸਰੀ ਇੱਕ ਨੀਲੀ ਬਛੇਰੀ ਤੁਸੀਂ ਦੇਖੀ ਹੋਣੀ ਹੈ ਜੀ ਉਹ ਕਾਲਾ ਜਾਦੂ ਘੋੜਾ ਕਾਲੇ ਕਾਂਟੇ ਦਾ ਜੀ ਉਹਦੀ ਐ ਜੀ ਤੇ ਕਾਂਟੇ ਦੀ ਪੋਤੀ ਹੋਗੀ ਜੀ ਤੇ ਵਸ਼ੇਰਾ ਜਿਹੜਾ ਕਾਲਾ ਉਹ ਕਾਂਟੇ ਦਾ ਪੋਤਾ ਹੋ ਗਿਆ ਘੋੜਾ ਕਾਲਾ ਜਾਦੂ ਹੂੰ ਉਹਦਾ ਹੂੰ ਤੇ ਬੱਚੇ ਸਾਰੇ ਬਰੀਕੀਆਂ ਜੇ ਬਾਈ ਹਾਂਜੀ ਹਾਂ ਬੱਚੇ ਮਹਾਰਾ ਦੀ ਕਿਰਪਾ ਨਾਲ ਠੀਕ ਹੈ ਬੱਚਾ ਜੀ ਤੇ ਹੋਰ ਬਾਈ ਜਿਹੜੀ ਇਹ ਮੇਰੇ ਖਾਲ ਇੱਕ ਨੁਕਰੀ ਘੋੜੀ ਆਪਾਂ ਹੋਰ ਵਿਖਾਈ ਸੀ ਉਹ ਕਿਹੜੇ ਘੋੜੇ ਦੀ ਐ ਬਾਈ ਇੱਕ ਨੁਕਰੀ ਬਾਈ ਆਪਣੇ ਕੋਲੇ ਵੱਡੀ ਘੋੜੀ ਐ ਨੂਰੇ ਦੀ ਐ ਉਹ ਵਾਵਾ ਕੱਦ ਕਾਟਦੀ ਲੰਬੀ ਹਾਂਜੀ ਉਹ ਨੂਰੇ ਦੀ ਉਹ ਐ ਬਾਈ ਹੂੰ ਹਾਂਜੀ ਕਿੰਨੇ ਚਿਰ ਦੀ ਬਈ ਉਹ ਉਹ ਤਕਰੀਬਨ ਬਈ 5 6 ਸਾਲ ਦੀ ਹੋਗੀ ਓਕੇ ਹਾਂਜੀ ਤੇ ਉਹ ਹੁਣ ਮੰਨ ਲਓ ਪਹਿਲਾਂ ਕੋਈ ਬੱਚੇ ਆਪਣੇ ਕੋਲੇ ਦਿੱਤੇ ਉਹਨੇ ਪਹਿਲਾਂ ਕਬਸ਼ੇਰੀ ਸੀ ਉਹਦੇ ਕੋਲ ਆਪਣੇ ਕੋਲੇ ਉਹ ਵੇਚਤੀ ਆਪਾਂ ਹੁਣ ਆਪਣੇ ਵਾਲੇ ਘੋੜੇ ਤੋਂ ਹੀ ਗੱਭਣਾ ਓਕੇ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਬਾਈ ਉਹ ਵੀ ਲੰਮਾ ਲੰਜਾ ਬੱਚਾ ਪੈਦਾ ਕਰੂਗੀ ਮੇਰੇ ਹਾਂਜੀ ਹਾਂਜੀ ਵੱਡੀ ਘੋੜੀ ਆ ਬਾਈ ਵੱਡੀ ਘੋੜੀ ਹੈ ਹੋਰ ਜਿਹੜੀ ਬਾਈ ਘੋੜੀ ਰਹਿ ਗਈ ਆ ਸ਼ਾਇਦ ਮੇਰੇ ਦਿਮਾਗ ਚੋਂ ਤੇ ਨਿਕਲ ਗਈ ਤੇ ਆਪਾਂ ਚਾਹਣਾ ਪਈਏ ਵੀ ਹੋਰ ਕਿਹੜੀ ਰਹਿ ਗਈ ਉਹਦੇ ਬਾਰੇ ਵੀ ਦੱਸ ਦਈਏ ਅ ਇੱਕ ਨੀਲੀ ਘੋੜੀ ਹੈ ਸ਼ਾਇਦ ਉਹ ਵੀ ਤੁਸੀਂ ਦਿਖਾਈ ਹੈ ਹਾਂ ਉਹ ਵੀ ਵਿਜੇ ਰਾਜ ਤੋਂ ਗੱਭਣਾ ਹੁਣ ਜੀ ਤੇ ਇੱਕ ਵੱਡੀ ਚੋਪਰਾ ਵਾਲੀ ਦੀ ਤਾਂ ਮੈਂ ਗੱਲ ਕਰ ਲਈ ਉਹ ਵੀ ਵਿਜੇ ਰਾਜ ਤੋਂ ਆ ਜੀ ਤੇ ਇੱਕ ਕਾਲੀ ਜਾਂ ਮੱਥੇ ਫੁੱਲ ਦੀ ਜੀ ਉਹ ਹੈਗੀ ਕਾਲੇ ਜਾਦੂ ਤੋਂ ਜੀ ਤੇ ਬਾਕੀ ਨੁਕਰੀਆਂ ਆਪਣੇ ਵਾਲੇ ਘੋੜੇ ਤੋਂ ਆ ਓਕੇ ਤੇ ਬਾਈ ਜਿੱਦਾਂ ਮੈਂ ਗੱਲ ਕਰਕੇ ਹਟਿਆ ਵੀ ਨਵੇਂ ਮੁੰਡੇ ਵੀ ਕਈ ਸ਼ੌਂਕ ਚ ਆਉਣਾ ਚਾਹੁੰਦੇ ਆ ਹਾਂਜੀ ਭਾਈ ਤੁਸੀਂ ਵੀ ਚਲੋ ਜੱਦੀ ਪੁਸ਼ਤੀ ਕੰਮ ਹੈ ਕੀ ਘਰਦਿਆਂ ਦੀ ਪੂਰੀ ਸਪੋਰਟ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਦੋ ਲੈਣਾ ਮੈਸੇਜ ਜਾਂਦੇ ਜਾਂਦੇ ਜਰੂਰ ਛੱਡੋ ਵੀ ਕੀ ਕਹਿਣਾ ਚਾਹੋਗੇ ਕਿਵੇਂ ਆਉਣ ਇਸ ਕੰਮ 'ਚ ਤੇ ਕਿਵੇਂ ਕਰਨਾ ਚਾਹੀਦਾ ਆ ਮੈਸੇਜ ਤਾਂ ਇਹੀ ਆ ਭਾਈ ਜੀ ਵੀ ਜੇ ਕਿਸੇ ਨੇ ਸਟਾਰਟਿੰਗ ਕਰਨੀ ਹੈ ਤਾਂ ਘੂੜੀ ਤੋਂ ਕਰ ਲੋ ਜੀ ਤੇ ਕਿਉਂਕਿ ਘੂੜੀ ਮੱਛਾ ਦਿੰਦੀ ਆ ਅੱਗੇ ਜਦੋਂ ਵਾਦਾ ਹੁੰਦਾ ਤਾਂ ਤੁਹਾਡਾ ਸ਼ੌਂਕ ਵੀ ਵੱਧਦਾ ਹੈ ਗੈਂਦਾ ਭਾ ਵੀ ਗੱਬਣ ਘੂੜੀ ਲਿਆਓ ਗੱਬਣ ਘੂੜੀ ਲਿਆਓ ਜਾਂ ਘੂੜੀ ਲਿਆ ਕੇ ਗੱਬਣ ਕਰਾ ਲਓ ਜੀ ਤੇ ਬਾਕੀ ਸ਼ੌਂਕ ਨਾਲ ਇਹ ਤਾਂ ਆਏ ਕਿ ਸੇਵਾ ਕਰੋ ਦੱਬ ਕੇ ਬਸ ਹੂੰ ਇਹ ਮੁੱਲ ਮੋੜਦੇ ਆ ਹਾਂ ਮੋੜਦੇ ਆ ਭਾਈ ਕੋੜੇ ਆਪਣੇ ਤੋਂ ਦੇਣ ਨਾ ਦੇਣ ਭਾਈ ਪਰ ਹੋਰ ਪਾਸੇੋਂ ਤੋਂ ਇਹ ਰਹਿਣ ਨਹੀਂ ਦਿੰਦੇ ਕਿ ਗੱਲੇ ਕਸਰ ਨਹੀਂ ਰਹਿੰਦੇ ਹਾਂ ਹਾਂਜੀ ਭਾਈ ਹਾਂਜੀ ਤੇ ਬਾਈ ਦੇ ਜਨਵਰ ਵਿਖਾਇਆ ਸਜਣੋ ਟਾਪ ਕਲਾਸ ਕੋੜਾ ਵਿਖਾਇਆ ਤੁਹਾਨੂੰ ਕਿਵੇਂ ਲੱਗਾ ਚੰਗਾ ਲੱਗਾ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਭਰਾ ਤੇ ਫੇਸਬੁੱਕ ਵਾਲੇ ਭਰਾਵਾਂ ਦਾ ਫਿਰ ਤੋਂ ਸਪੈਸ਼ਲ ਧੰਨਵਾਦ ਹੈ ਬਾਈ ਬਹੁਤ ਸਪੋਰਟ ਕਰ ਰਹੇ ਹੋ ਯਾਰ ਤੇ ਇਦਾਂ ਦੇ ਜਨਵਰੀ ਤੁਸੀਂ ਵੇਖਣਾ ਚਾਹੁੰਦੇ ਹੋ ਤੇ YouTube ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਬਾਈ ਜਿਹੜੇ YouTube ਤੇ ਵੇਨੇ ਆ ਉਹ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ ਤੇ ਕਮੈਂਟਾਂ ਚ ਜਰੂਰ ਦੱਸਿਓ ਵੀ ਬਾਈ ਦੇ ਜਨਵਰ ਕਿਵੇਂ ਲੱਗੇ ਤੇ ਫੇਰ ਤੋਂ ਕਹਿਣਾ ਹੈ ਕਿ ਇੱਕ ਰੀ ਯਾਰ ਬਾਈ ਨੂੰ ਫੋਨ ਜਰੂਰ ਲਾਓ ਸਮੇਂ ਚੋਂ ਸਮਾਂ ਕੱਢ ਕੇ ਤੇ ਬਾਈ ਨੂੰ ਵੀ ਪਤਾ ਲੱਗੇ ਕਿ ਯਾਰ ਜਿਹੜਾ ਅਸੀਂ ਕਰੀ ਜਾਂਦੇ ਸ਼ੌਂਕ ਨਾਲ ਜੁੜੇ ਆ ਤੇ ਗੁਰੂ ਮਹਾਰਾਜ ਦੀ ਸਵਾਰੀ ਹੈ ਉਹਨਾਂ ਦੀ ਬਖਸ਼ਿਸ਼ ਹੈ ਤੇ ਇਹ ਸਤਿਕਾਰ ਕਰ ਰਹੇ ਨੇ ਉਹ ਚੀਜ਼ ਦਾ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਇੱਕ ਰੀ ਬਾਈ ਹੁਣਾਂ ਨੂੰ ਵਧਾਈ ਜਰੂਰ ਦਿਓ ਬਾਕੀ ਬਹੁਤ ਹੀ ਜਲਦ ਇਦਾਂ ਦੇ ਜਨਵਰ ਲੈ ਕੇ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਣੇ ਆ ਉਹਨੇ ਟਾਈਮ ਲਈ ਦਿਓ ਜੀ ਜ਼ਾਸਤ ਬਹੁਤ ਬਹੁਤ ਧੰਨਵਾਦ ਸ਼ਬਾ ਖੈਰ ਤੇ ਬਾਈ ਜੀ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਬਾਈ ਧੰਨਵਾਦ ਓਕੇ ਓਕੇ ਸੱਜਣ ਜਿਉਂਦੇ ਵਸਦੇ ਹੱਸਦੇ ਰਹੋ ਮਿਲਦੇ ਆ ਅਗਲੀ ਵੀਡੀਓ ਨਾਲ ਸ਼ਬਾਖਰ ਸਤਿ ਸ੍ਰੀ ਅਕਾਲ